ਸਤਿ ਸ਼੍ਰੀ ਅਕਾਲ ਜੀ, ਤੁਸੀਂ ਅਜੀਤ ਵੈਬ ਟੀਵੀ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟੈਣਾ ਅਤੇ ਹਰ ਹਫ਼ਤੇ ਦੀ ਤਰ੍ਹਾਂ ਹੀ ਪ੍ਰੋਗਰਾਮ ਮਨੋਰੰਜਕ ਦੁਨੀਆ ਲੈ ਕੇ ਹਾਜ਼ਰ ਹਾਂ। ਬਹੁਤ ਸਾਰੀਆਂ ਬਾਲੀਵੁੱਡ ਅਤੇ ਪਾਲੀਵੁੱਡ ਦੀਆਂ ਖਬਰਾਂ ਇਹੋ ਜਿਹੀਆਂ ਨੇ ਜਿਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਉਹਦੇ ਵਿੱਚੋਂ ਪਹਿਲੀ ਵੱਡੀ ਖਬਰ ਇਹ ਆ ਕਿ ਜਦੋਂ ਵੀ ਪੰਜਾਬੀ, ਹਿੰਦੀ ਜਾਂ ਕਿਸੇ ਵੀ ਭਾਸ਼ਾ ਦੀ ਕੋਈ ਵੀ ਫਿਲਮਾਂਕਣ ਹੁੰਦੀ ਹੋਵੇ, ਕੋਈ ਸ਼ੂਟ ਹੁੰਦੀ ਹੋਵੇ, ਕੋਈ ਗਾਣਾ ਸ਼ੂਟ ਹੁੰਦਾ ਹੋਵੇ, ਕੋਈ ਸੀਰੀਅਲ ਬਣਦਾ ਹੋਵੇ, ਉਸ ਵਕਤ ਇਹੋ ਜਿਹੇ ਹਾਦਸੇ ਵਾਪਰ ਜਾਂਦੇ ਆ ਜਿਹਦੇ ਕਰਕੇ ਸੋਗ ਪਸਰ ਜਾਂਦਾ। ਕਮਲ ਹਸਨ ਜਿਹੜੇ ਕਿ ਦੱਖਣੀ ਫਿਲਮਾਂ ਦੇ ਬਹੁਤ ਵੱਡੇ ਸੁਪਰਸਟਾਰ ਆ, ਬੜੇ ਮਸ਼ਹੂਰ ਕਲਾਕਾਰ ਆ, ਉਹਨਾਂ ਦੀ ਇੱਕ ਫਿਲਮ ਦਾ ਫਿਲਮਾਂਕਣ ਚੱਲ ਰਿਹਾ ਸੀ ਇਸ ਵੇਲੇ, ਇੰਡੀਅਨ 2, ਯਾਨੀ ਕਿ 1996 ਦੇ ਵਿੱਚ ਜਿਹੜੀ ਫਿਲਮ ਬਣੀ ਸੀ ਇੰਡੀਅਨ, ਉਹਦਾ ਸੀਕਵਲ ਆ, ਯਾਨੀ ਕਿ ਆਪਾਂ ਉਹਦਾ ਰੀਮੇਕ ਕਹਿ ਸਕਦੇ ਹਾਂ। ਉਹਦੇ ਵਰਗੀ ਹੀ ਇਹ ਜਿਹੜੀ ਫਿਲਮ ਆ ਉਧਰਲੀ ਜ਼ੁਬਾਨ ਦੇ ਵਿੱਚ ਬਣ ਰਹੀ ਆ। ਪਰ ਉਸ ਵਕਤ ਜਦੋਂ ਇਸ ਫਿਲਮ ਦਾ ਫਿਲਮਾਂਕਣ ਹੋ ਰਿਹਾ ਸੀ ਤਾਂ ਕਰੇਨ ਟੁੱਟ ਗਈ, ਜਿਹਦੇ ਕਰਕੇ 3 ਅਸਿਸਟੈਂਟ ਡਾਇਰੈਕਟਰਾਂ ਦੀ, ਯਾਨੀ ਕਿ ਨਿਰਦੇਸ਼ਕਾਂ ਦੀ ਮੌਤ ਹੋ ਗਈ ਹੈ। ਇਹ ਕੋਈ ਛੋਟੀ ਖਬਰ ਨਹੀਂ, ਇਹ ਇੱਕ ਬਹੁਤ ਵੱਡਾ ਝਟਕਾ ਕਮਲ ਹਸਨ ਦੇ ਲਈ ਤਾਂ ਹੈ ਹੀ, ਜਿਨ੍ਹਾਂ ਦੇ ਘਰ ਦੇ ਵਿੱਚ ਸੋਗ ਪਸਰ ਗਿਆ। ਜਿੱਥੇ ਖੁਸ਼ੀਆਂ ਸੀ ਉੱਥੇ ਇੱਕਦਮ ਮਾਤਮ ਵਾਲਾ ਮਾਹੌਲ ਬਣ ਗਿਆ। ਸੋ 3 ਜਣਿਆਂ ਦੀ ਮੌਤ ਤੋਂ ਬਾਅਦ ਕਮਲ ਹਸਨ ਹੋਰ ਹੀ ਵੀ ਜਿਹੜੇ ਉਹ ਸਾਹਮਣੇ ਆਏ ਮੀਡੀਆ ਦੇ, ਉਹਨਾਂ ਨੇ ਕਿਹਾ ਜੀ ਕਿ ਸਾਡੇ ਲਈ ਇਹ ਕਦੇ ਨਾ ਭੁੱਲਣ ਵਾਲਾ ਹਾਦਸਾ। ਵੈਸੇ ਕੰਮ ਕਰਦਿਆਂ ਬਹੁਤ ਸਾਰੇ ਹਰ ਥਾਂ ਦੇ ਉੱਤੇ ਹਾਦਸੇ ਵਾਪਰਦੇ ਆ, ਪਰ ਜਦੋਂ ਫਿਲਮੀ ਖੇਤਰ ਦੇ ਵਿੱਚ ਇਹੋ ਜਿਹਾ ਕੁਝ ਵਾਪਰਦਾ ਉਹਦੀ ਖਬਰ ਵੱਡੀ ਬਣ ਜਾਂਦੀ ਹੈ। ਸੋ ਕਮਲ ਹਸਨ ਦੀ ਇਹ ਆਖਰੀ ਫਿਲਮ ਹੈ, ਇਹ ਫਿਲਮ ਕਿੰਨੀ ਕੁ ਕਾਮਯਾਬ ਹੋਊ ਅਤੇ ਹੁਣ ਕੌਣ ਕੌਣ ਇਹਨੂੰ ਮੁਕੰਮਲ ਕਰੋ ਇਹ ਤਾਂ ਵਕਤ ਦੱਸੂਗਾ। ਪਰ ਇਸ ਫਿਲਮ ਦੇ ਵਿੱਚ ਕਮਲ ਹਸਨ ਹੋਰਾਂ ਦੇ ਵੱਲੋਂ ਬਜ਼ੁਰਗ ਦਾ ਕਿਰਦਾਰ ਨਿਭਾਇਆ ਗਿਆ। ਉਹਨਾਂ ਨੇ ਪਿਛਲੇ ਦਿਨੀ ਇਹ ਗੱਲ ਕਹੀ ਸੀ ਕਿ ਇਹ ਮੇਰੀ ਆਖਰੀ ਫਿਲਮ ਹੈ ਅਤੇ ਆਖਰੀ ਫਿਲਮ ਦੇ ਮੌਕੇ ਇੰਨਾ ਵੱਡਾ ਹਾਦਸਾ ਵਾਪਰਿਆ। ਉਹਨਾਂ ਨੇ ਇਹ ਗੱਲ ਕਹੀ ਸੀ ਪੱਤਰਕਾਰਾਂ ਨੂੰ ਉੱਤਰ ਦਿੰਦਿਆਂ ਕਿ ਫਿਲਮਾਂ ਦੇ ਵਿੱਚ ਅਤੇ ਰਾਜਨੀਤੀ ਦੇ ਵਿੱਚ ਇਕੱਠਿਆਂ ਵਿਚਰਨਾ ਬਹੁਤ ਔਖਾ ਹੋ ਜਾਂਦਾ ਹੈ, ਅਤੇ ਮੰਨਿਆ ਇਹ ਜਾ ਰਿਹਾ ਕਿ ਇੰਡੀਅਨ 2 ਜਦੋਂ ਵੀ ਰਿਲੀਜ਼ ਹੋਊਗੀ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਫਿਲਮੀ ਖੇਤਰ ਨੂੰ ਅਲਵਿਦਾ ਕਹਿ ਦਿੱਤੀ ਜਾਊਗੀ ਅਤੇ ਫਿਰ ਉਹ ਮੁਕੰਮਲ ਤੌਰ ਦੇ ਉੱਤੇ ਰਾਜਨੀਤੀ ਦੇ ਵਿੱਚ ਸਰਗਰਮੀ ਦੇ ਨਾਲ ਭਾਗ ਲੈਣਗੇ। ਉੱਦਾਂ ਜੋ ਇਹ ਹਾਦਸਾ ਵਾਪਰਿਆ ਇਹਦੇ ਉੱਤੇ ਬੇਹੱਦ ਦੁੱਖ ਦਾ ਪ੍ਰਗਟਾਵਾ ਕਰਨਾ ਬਣਦਾ ਹੈ, ਕਿਉਂਕਿ ਕਿਤੇ ਵੀ ਕੋਈ ਵੀ ਵਿਅਕਤੀ ਹੋਵੇ ਉਹਦੀ ਆਪਣੇ ਟੱਬਰ ਦੇ ਲਈ, ਆਪਣੇ ਆਲੇ ਦੁਆਲੇ ਦੇ ਖੇਤਰ ਦੇ ਲਈ, ਆਪਣੇ ਸਕੇ ਸੰਬੰਧੀਆਂ ਦੋਸਤਾਂ ਦੇ ਲਈ ਬੇਹੱਦ ਵੱਡੀ ਅਹਿਮੀਅਤ ਹੁੰਦੀ ਹੈ। ਅਤੇ ਇੱਕ ਫਿਲਮ ਦੇ ਵਿੱਚ 3 ਕਲਾਵਾਨ ਲੋਕਾਂ ਦਾ ਇਸ ਤਰੀਕੇ ਨਾਲ ਤੁਰ ਜਾਣਾ ਸੱਚੀ ਮੁੱਚੀ ਝੰਝੋੜਨ ਵਾਲੀ ਗੱਲ ਹੈ। ਗਾਇਕ ਮੀਕਾ ਸਿੰਘ ਦੀ ਜੋ ਮੈਨੇਜਰ ਹੈ ਸੌਮਿਆ ਸਿੰਘ, ਉਹਦੇ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਇਹ ਖਬਰ ਇਸ ਕਰਕੇ ਵੱਡੀ ਮੰਨੀ ਜਾ ਰਹੀ ਹੈ ਕਿਉਂਕਿ ਆਪਾਂ ਜਾਣਦੇ ਹਾਂ ਕਿ ਜੋ ਫਿਲਮੀ ਖੇਤਰ ਨਾਲ ਜੁੜੇ ਲੋਕ ਆ, ਜੋ ਕਿ ਗਲੈਮਰ ਦੇ ਖੇਤਰ ਨਾਲ ਖਾਸ ਕਰਕੇ ਜੁੜੇ ਆ, ਉਹਨਾਂ ਦੀਆਂ ਖਬਰਾਂ ਆਉਂਦੀਆਂ, ਅਸੀਂ ਉਹਨਾਂ ਦੀ ਚੱਕਾ ਚੌਂਦ ਜ਼ਿੰਦਗੀ ਦੇ ਬਾਰੇ ਜਾਣਦੇ ਹਾਂ। ਪਰ ਬਹੁਤ ਵਾਰ ਇਹੋ ਜਿਹਾ ਹੁੰਦਾ ਕਿ ਜੋ ਚਿਹਰਾ ਤੁਹਾਨੂੰ ਪਰਦੇ ਦੇ ਉੱਤੇ ਹੱਸਦਾ ਹੋਇਆ ਨਜ਼ਰ ਆਉਂਦਾ, ਜੋ ਚਿਹਰਾ ਇਸ ਗਲੈਮਰ ਦੇ ਖੇਤਰ ਦੇ ਵਿੱਚ ਵਿਚਰ ਰਿਹਾ ਉਹਦੇ ਅੰਦਰ ਕਈ ਤਰ੍ਹਾਂ ਦੀ ਪੀੜ ਹੁੰਦੀ ਹੈ ਜਿਹੜਾ ਉਹ ਕਿਸੇ ਨਾਲ ਸਾਂਝੀ ਨਹੀਂ ਕਰ ਸਕਦਾ। ਸੋ ਸੌਮਿਆ ਸਿੰਘ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ ਅਤੇ ਮੀਕਾ ਸਿੰਘ ਦੇ ਪ੍ਰਬੰਧਕੀ ਕੰਮਾਂ ਕਾਜਾਂ ਨੂੰ ਉਹ ਕੁੜੀ ਦੇਖਦੀ ਸੀ ਅਤੇ ਸੌਮਿਆ ਸਿੰਘ ਦੇ ਵੱਲੋਂ ਨੀਂਦ ਦੀਆਂ ਗੋਲੀਆਂ ਖਾ ਕੇ ਇਹ ਖੁਦਕੁਸ਼ੀ ਕੀਤੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਅਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਮੁੰਬਈ ਦੇ ਅੰਧੇਰੀ ਖੇਤਰ ਦੇ ਵਿੱਚ ਉਹਨੇ ਇਹ ਖੁਦਕੁਸ਼ੀ ਕੀਤੀ ਹੈ ਅਤੇ ਥਾਣੇ ਦੇ ਅਧਿਕਾਰੀ ਰਘਵਿੰਦਰ ਠਾਕੁਰ ਨੇ ਕਿਹਾ ਕਿ ਸੌਮਿਆ ਸਿੰਘ ਮੀਕਾ ਸਿੰਘ ਦੇ ਅੰਧੇਰੀ ਦੇ ਵਿੱਚ ਮੌਜੂਦ 4 ਮੰਜ਼ਿਲਾ ਬੰਗਲੇ ਦੀ ਪਹਿਲੀ ਮੰਜ਼ਿਲ ਦੇ ਸਟੂਡੀਓ ਦੇ ਵਿੱਚ ਰਹਿੰਦੀ ਸੀ ਅਤੇ ਸੌਮਿਆ ਸਿੰਘ ਦੀ ਜਿਹੜੀ ਦੇਹ ਆ ਉਹ ਉਹਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਸ਼ਹਿਨਾਜ਼ ਗਿੱਲ ਅਤੇ ਕੁਝ ਕੁ ਹੋਰ ਕਲਾਕਾਰ ਜਿਹੜੇ ਕਿ ਬਿੱਗ ਬੌਸ ਦੇ ਨਾਲ ਸੰਬੰਧਿਤ ਆ, ਜਿਹੜਾ ਕਿ ਹੁਣੇ ਹੁਣੇ 13ਵਾਂ ਸੀਜ਼ਨ ਜਿਹੜਾ ਮੁੱਕਿਆ, ਉਹਦੇ ਕਲਾਕਾਰਾਂ ਦੇ ਵੱਲੋਂ ਵੱਖ ਵੱਖ ਥਾਵਾਂ ਦੇ ਉੱਤੇ ਕੰਮ ਲੱਭਿਆ ਵੀ ਜਾ ਰਿਹਾ, ਕਈਆਂ ਨੂੰ ਮਿਲ ਵੀ ਰਿਹਾ, ਕਈਆਂ ਨੂੰ ਮਿਲ ਵੀ ਜਾਣਾ। ਪਰ ਸ਼ਹਿਨਾਜ਼ ਗਿੱਲ ਨੂੰ ਇਹ ਸ਼ੋਅ ਮੁਕੰਮਲ ਹੋਣ ਦੇ ਨਾਲ ਹੀ ਇੱਕ ਨਵਾਂ ਸ਼ੋਅ ਮਿਲ ਗਿਆ ਆਪਾਂ ਜਾਣਦੇ, ਜਿਹਦਾ ਨਾਂ ਹੈ ਮੁਝਸੇ ਸ਼ਾਦੀ ਕਰੋਗੀ। ਇਹ ਵੈਡਿੰਗ ਰਿਐਲਿਟੀ ਸ਼ੋਅ ਆ, ਇਹਦੇ ਵਿੱਚ ਵਿਆਹ ਦਾ ਇੱਕ ਡਰਾਮਾ ਰਚਿਆ ਗਿਆ। ਆਪਾਂ ਜਾਣਦੇ ਹਾਂ ਕਿ ਜਿਹੜੇ ਇਹ ਸਵੰਬਰ ਹੁੰਦੇ ਆ ਅਤੇ ਜਿਹੜੇ ਇਹੋ ਜਿਹੇ ਸ਼ੋਅ ਹੁੰਦੇ ਆ, ਹੈ ਤਾਂ ਲੋਕਾਂ ਦਾ ਧਿਆਨ ਖਿੱਚਣ ਵਾਲੀ ਇੱਕ ਗੱਲ, ਪਰ ਇਸ ਜੋ ਸੀਰੀਅਲ ਕਹਿ ਲਈਏ ਜਾਂ ਇਹਨੂੰ ਅਸੀਂ ਰਿਐਲਿਟੀ ਸ਼ੋਅ ਕਹਿ ਲਈਏ, ਇਹਦੇ ਉੱਤੇ ਦਰਸ਼ਕ ਬਹੁਤੇ ਖੁਸ਼ ਨਹੀਂ ਹੈਗੇ। ਦਰਸ਼ਕਾਂ ਦੇ ਵੱਲੋਂ ਬੜੀ ਤਿੱਖੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਦਰਸ਼ਕਾਂ ਦੇ ਇੱਕ ਹਿੱਸੇ ਦਾ ਕਹਿਣਾ ਕਿ ਇਹ ਬਿੱਗ ਬੌਸ ਦੀ ਸਸਤੀ ਕਾਪੀ ਹੈ, ਇਹ ਬਿੱਗ ਬੌਸ ਦਾ ਇੱਕ ਡੁਪਲੀਕੇਟ ਰੂਪ ਹੈ, ਇਹਦੇ ਵਿੱਚੋਂ ਕੁਝ ਵੀ ਸਾਨੂੰ ਵੱਖਰਾ ਨਜ਼ਰ ਨਹੀਂ ਆਉਂਦਾ, ਉਹੀ ਸਾਰਾ ਕੁਝ ਬਿੱਗ ਬੌਸ ਦੇ ਘਰ ਵਾਲਾ ਨਜ਼ਰ ਆ ਰਿਹਾ। ਸੋ ਇਸ ਤੋਂ ਪਹਿਲਾਂ ਸ਼ਹਿਨਾਜ਼ ਗਿੱਲ ਦੇ ਪਿਤਾ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਮੇਰੀ ਧੀ ਨੂੰ ਰਾਖੀ ਸਾਵੰਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨੂੰ ਪਰੇ ਕਰਕੇ ਨਿਰਪੱਖਤਾ ਨਹੀਂ ਰੱਖੀ ਗਈ ਅਤੇ ਉਹਨੂੰ ਬਿੱਗ ਬੌਸ ਦੇ ਵਿੱਚੋਂ 3ਜੇ ਨੰਬਰ ਦੇ ਉੱਤੇ ਰੱਖਿਆ ਗਿਆ। ਮੇਰੀ ਧੀ ਕੈਟਰੀਨਾ ਕੈਫ ਆ, ਪਰ ਉਹਨੂੰ ਰਾਖੀ ਬਣਾਉਣ ਦੀਆਂ ਯੋਜਨਾਵਾਂ ਘੜੀਆਂ ਗਈਆਂ, ਜੋ ਕਿ ਧੱਕਾ। ਅਤੇ ਹੁਣ ਜਿਸ ਤਰੀਕੇ ਦੇ ਨਾਲ ਦਰਸ਼ਕਾਂ ਦੀ ਪ੍ਰਤੀਕਿਰਿਆ ਆ ਰਹੀ ਹੈ ਕਿ ਇਹ ਜਿਹੜਾ ਸ਼ੋਅ ਆ ਜਾਂ ਜਿਹੜਾ ਇਹ ਪ੍ਰੋਗਰਾਮ ਆ, ਇਹ ਬਹੁਤਾ ਸੁਲੱਖਣਾ ਨਹੀਂ ਅਤੇ ਉਹਨਾਂ ਦੀ ਕਸਵੱਟੀ ਦੇ ਉੱਤੇ ਖਰਾ ਨਹੀਂ ਉਤਰ ਰਿਹਾ। ਸੋ ਬਾਪੂ ਦੀ ਗੱਲ ਹੈ ਜਿਹੜੀ, ਉਹਦੇ ਉੱਤੇ ਪੱਕਾ ਠੱਪਾ ਲੱਗ ਜਾਣਾ ਕਿ ਇਸ ਤਰੀਕੇ ਦੇ ਨਾਲ ਚੈਨਲ ਦੇ ਵੱਲੋਂ ਗਲਤ ਗੱਲ ਕੀਤੀ ਗਈ ਹੈ। ਬਾਕੀ ਵਕਤ ਦੱਸੂ ਇਸ ਸ਼ੋਅ ਦੀ TRP ਕਿੰਨੀ ਕੁ ਰਹਿੰਦੀ ਹੈ, ਕਿਉਂਕਿ TV ਚੈਨਲਾਂ ਵਾਲੇ ਆ ਜਿਹੜੇ, ਉਹਨਾਂ ਦੀ ਇੱਕ ਨੁਕਾਤੀ ਸੋਚ ਹੁੰਦੀ ਆ, ਉਹਨਾਂ ਦਾ ਇੱਕੋ ਇੱਕ ਮਨਸ਼ਾ ਹੁੰਦਾ ਕਿ ਅਸੀਂ ਦਰਸ਼ਕਾਂ ਨੂੰ ਖਿੱਚਣਾ, ਅਸੀਂ TRP ਵਧਾਉਣੀ ਆ। ਉਹ TRP ਹੁਣ ਕਿੰਨੀ ਕੁ ਵੱਧਦੀ ਹੈ ਜਾਂ ਕਿੰਨੀ ਕੁ ਡਿੱਗਦੀ ਹੈ,
ਪਰ ਕਈ ਵਾਰ ਪੰਜਾਬੀ ਫਿਲਮਾਂ ਵੀ ਹਿੰਦੀ ਫਿਲਮਾਂ ਦੇ ਵਾਂਗੂ ਭਿੜਨ ਲੱਗ ਪੈਂਦੀਆਂ। ਇੱਕੋ ਦਿਨ ਦੇ ਵਿੱਚ ਦੋ ਪੰਜਾਬੀ ਫਿਲਮਾਂ ਰਿਲੀਜ਼ ਹੁੰਦੀਆਂ ਜਿਹਦੇ ਉੱਤੇ ਕਈ ਵਾਰ ਸਵਾਲ ਵੀ ਖੜੇ ਹੋਏ ਆ। ਜਦੋਂ ਇੱਕੋ ਦਿਨ ਇੱਕੋ ਤਰੀਕ ਨੂੰ ਦੋ ਪੰਜਾਬੀ ਫਿਲਮਾਂ ਭਿੜਦੀਆਂ ਆਪਸ ਦੇ ਵਿੱਚ, ਕਈ ਵਾਰ ਦੋਵੇਂ ਚਲੇ ਜਾਂਦੀਆਂ, ਕਈ ਵਾਰ ਦੋਵੇਂ ਨਹੀਂ ਚੱਲਦੀਆਂ, ਕਈ ਵਾਰ ਦੋਵਾਂ ਦੇ ਵਿੱਚੋਂ ਇੱਕ ਚੱਲਦੀ ਹੈ, ਪਰ ਘੱਟ ਜਾਂ ਵੱਧ ਨੁਕਸਾਨ ਦੋਵਾਂ ਦਾ ਹੀ ਹੁੰਦਾ ਕਿਉਂਕਿ ਦਰਸ਼ਕ ਵੰਡੇ ਜਾਂਦੇ ਆ। ਹੁਣ 13 ਮਾਰਚ ਨੂੰ ਦੋ ਪੰਜਾਬੀ ਫਿਲਮਾਂ ਇੱਕੋ ਦਿਨ ਰਿਲੀਜ਼ ਹੋਣ ਜਾ ਰਹੀਆਂ, ਅਮਰਿੰਦਰ ਗਿੱਲ ਦੀ ਅਤੇ ਸਤਿੰਦਰ ਸਰਤਾਜ ਦੀ। ਸਤਿੰਦਰ ਸਰਤਾਜ ਦੀ ਪਹਿਲੀ ਪੰਜਾਬੀ ਫਿਲਮ ਆ। ਇਸ ਤੋਂ ਪਹਿਲਾਂ ਉਹਨੇ ਬਲੈਕ ਪ੍ਰਿੰਸ ਦੇ ਵਿੱਚ ਕੰਮ ਕੀਤਾ ਸੀ, ਉਸ ਫਿਲਮ ਨੂੰ ਚੰਗਾ ਸਲਾਹਿਆ ਗਿਆ ਸੀ ਅਤੇ ਸਤਿੰਦਰ ਸਰਤਾਜ ਨੇ ਕਿਹਾ ਜੀ ਕਿ ਇੱਕੋ ਮਿੱਕੇ ਜਿਹੜੀ ਸਾਡੀ ਫਿਲਮ ਆ ਇਹ ਚੰਗੀ ਬਣੀ ਹੈ। ਪਰ ਅਮਰਿੰਦਰ ਗਿੱਲ ਦੀ ਫਿਲਮ ਵੀ ਬਹੁਤ ਵੱਡੀ ਹੋਏਗੀ, ਇਹ ਵੀ ਆਪਾਂ ਜਾਣਦੇ ਹਾਂ। ਅਮਰਿੰਦਰ ਗਿੱਲ ਦੀ ਇਸ ਤੋਂ ਪਹਿਲਾਂ ਜਿਹੜੀ ਫਿਲਮ ਆਈ ਸੀ ਚੱਲ ਮੇਰਾ ਪੁੱਤ, ਉਹਨੇ ਬੇਹੱਦ ਮਕਬੂਲੀਅਤ ਹਾਸਲ ਕੀਤੀ। ਉਹਨਾਂ ਸਾਰੇ ਕਲਾਕਾਰਾਂ ਨੂੰ ਨਾਲ ਲੈ ਕੇ ਅਮਰਿੰਦਰ ਗਿੱਲ ਦੀ ਵੀ ਨਵੀਂ ਫਿਲਮ 13 ਮਾਰਚ ਨੂੰ ਹੀ ਰਿਲੀਜ਼ ਹੋਣ ਜਾ ਰਹੀ ਹੈ, ਚੱਲ ਮੇਰਾ ਪੁੱਤ ਭਾਗ ਦੂਜਾ। ਇਸ ਫਿਲਮ ਨੂੰ ਰਿਦਮ ਬੋਇਜ਼ ਦੇ ਵੱਲੋਂ ਤਿਆਰ ਕੀਤਾ ਗਿਆ। ਇਸ ਫਿਲਮ ਦੇ ਪ੍ਰੋਡਿਊਸਰ ਨੇ ਕਾਰਜ ਗਿੱਲ ਅਤੇ ਇਸ ਫਿਲਮ ਦੀ ਸਮੁੱਚੀ ਟੀਮ ਦੇ ਵੱਲੋਂ ਪਿਛਲੇ ਕਈ ਦਿਨਾਂ ਤੋਂ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਇੱਕ ਗਾਣਾ ਜਿਹੜਾ ਅਮਰਿੰਦਰ ਗਿੱਲ ਦਾ ਅਤੇ ਗੁਰਸ਼ਬਦ ਦਾ ਉਹ ਰਿਲੀਜ਼ ਹੋਇਆ, ਫਿਰ ਕਹਿਣਾ ਬੂਟਾ ਗਾਲਾਂ ਕੱਢਦਾ, ਇਸ ਗਾਣੇ ਨੂੰ ਚੰਗਾ ਹੁੰਗਾਰਾ ਮਿਲਿਆ। ਸੋ ਅਮਰਿੰਦਰ ਗਿੱਲ ਦੀ ਇਹ ਫਿਲਮ ਆ ਜਿਹੜੀ ਪਾਕਿਸਤਾਨੀ ਕਲਾਕਾਰਾਂ ਨੂੰ ਨਾਲ ਲੈ ਕੇ ਤਿਆਰ ਕੀਤੀ ਗਈ ਹੈ। ਇਸ ਫਿਲਮ ਤੋਂ ਖਾਸੀਆਂ ਆਸਾਂ, ਪਰ ਕਿਉਂਕਿ ਸਤਿੰਦਰ ਸਰਤਾਜ ਦਾ ਵੀ ਪੰਜਾਬੀ ਗਾਇਕੀ ਦੇ ਵਿੱਚ ਬਹੁਤ ਵੱਡਾ ਨਾਂ, ਇਸ ਕਰਕੇ ਉਹਦੀ ਫਿਲਮ ਜਿਹੜੀ ਇੱਕੋ ਮਿੱਕੇ ਆ ਉਹਦੇ ਤੋਂ ਵੀ ਖਾਸੀਆਂ ਆਸਾਂ। ਸਤਿੰਦਰ ਸਰਤਾਜ ਦੀ ਫਿਲਮ ਦਾ ਟ੍ਰੇਲਰ ਜਾਰੀ ਹੋ ਚੁੱਕਿਆ, ਟ੍ਰੇਲਰ ਨੂੰ ਚੰਗਾ ਹੁੰਗਾਰਾ ਮਿਲਿਆ। ਇਸ ਫਿਲਮ ਦੇ ਵਿੱਚ ਹੀਰੋਇਨ ਦੇ ਤੌਰ ਦੇ ਉੱਤੇ ਅਦਿਤੀ ਸ਼ਰਮਾ ਨਜ਼ਰ ਆਊਗੀ। ਇਹ ਉਹੀ ਅਦਿਤੀ ਸ਼ਰਮਾ ਜਿਹੜੀ ਕਿ ਆਪਾਂ ਜਾਣਦੇ ਹਾਂ ਅੰਗਰੇਜ਼ ਫਿਲਮ ਦੇ ਵਿੱਚ ਮਾੜੋ ਦੇ ਕਿਰਦਾਰ ਦੇ ਵਿੱਚ ਅਮਰਿੰਦਰ ਗਿੱਲ ਦੇ ਨਾਲ ਨਜ਼ਰ ਆਈ ਸੀ। ਸੋ ਵਕਤ ਦੱਸੂਗਾ ਕਿ ਦੋਨੋਂ ਫਿਲਮਾਂ ਜਦੋਂ ਆਪਸ ਦੇ ਵਿੱਚ ਭਿੜਨਗੀਆਂ ਕਿੰਨੀ ਕੁ ਕਿਹੜੀ ਫਿਲਮ ਕਾਮਯਾਬ ਰਹੂਗੀ। ਪਰ ਦੋਵਾਂ ਫਿਲਮਾਂ ਦਾ ਭਿੜਨਾ ਕਈ ਦਰਸ਼ਕਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਬਹੁਤ ਚੰਗੀ ਗੱਲ ਹੈ, ਜਿਹਦੇ ਵਿੱਚ ਦਮ ਹੋਇਆ ਉਹਨੇ ਚਲੇ ਜਾਣਾ। ਕਈਆਂ ਦਾ ਇਹ ਕਹਿਣਾ ਜੀ ਕਿ ਇੱਦਾਂ ਇੱਕ ਦੂਜੇ ਦੇ ਨਾਲ ਮੁਕਾਬਲਾ ਨਹੀਂ ਕਰਨਾ ਚਾਹੀਦਾ, ਸਭ ਦੇ ਆਪੋ ਆਪਣੇ ਵਿਚਾਰ ਆ। ਪਰ ਸਾਡੀ ਦਿਲੀ ਇੱਛਾ ਇਹ ਹੈ ਕਿ ਦੋਨੋਂ ਫਿਲਮਾਂ ਚੱਲ ਜਾਣ, ਪੰਜਾਬੀ ਸਿਨੇਮੇ ਦਾ ਭਲਾ ਹੋਵੇ, ਕਿਉਂਕਿ ਦੋਨੋਂ ਵੱਡੇ ਅਤੇ ਭਰੋਸੇਯੋਗ ਕਲਾਕਾਰ ਆ। ਇਸ ਕਰਕੇ ਆਸਾਂ ਦੋਵਾਂ ਦੀਆਂ ਫਿਲਮਾਂ ਤੋਂ ਖਾਸੀਆਂ। ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਦੀ ਇੱਕ ਨਵੀਂ ਚੁਣੌਤੀ ਦੇ ਬਾਬਤ ਪਿਛਲੇ ਕਈ ਦਿਨਾਂ ਤੋਂ ਖਬਰਾਂ ਆ ਰਹੀਆਂ। ਉਹ ਖਬਰ ਇਸ ਰੂਪ ਦੇ ਵਿੱਚ ਹੈ ਕਿ ਸਿੱਧੂ ਅਤੇ ਮਨਕੀਰਤ ਔਲਖ ਦੇ ਮੁਤਲਕ ਲੁੱਕਆਊਟ ਨੋਟਸ ਆ ਜਿਹੜਾ ਉਹ ਪੁਲਿਸ ਦੇ ਵੱਲੋਂ ਜਾਰੀ ਕੀਤਾ ਗਿਆ। ਹਾਲਾਂਕਿ ਹੁਣ ਖਬਰ ਇਹ ਆਈ ਹੈ ਕਿ ਇਹ ਲੁੱਕਆਊਟ ਨੋਟਸ ਰੱਦ ਕਰ ਦਿੱਤਾ ਗਿਆ। ਪਹਿਲੀਆਂ ਖਬਰਾਂ ਦੇ ਮੁਤਾਬਕ ਦੋਵੇਂ ਜਾਣਿਆਂ ਨੇ ਜੇਕਰ ਵਿਦੇਸ਼ ਵੱਲ ਜਾਣਾ ਹੋਵੇ ਤਾਂ ਪੁਲਿਸ ਜਾਂ ਅਦਾਲਤ ਦੀ ਆਗਿਆ ਲੈਣੀ ਪਊਗੀ, ਕਿਉਂਕਿ ਇਹਨਾਂ ਦੇ ਉੱਤੇ ਪਰਚਾ ਦਰਜ ਹੋਇਆ, ਜ਼ਮਾਨਤ ਦੇ ਉੱਤੇ ਆ, ਇਹਨਾਂ ਨੇ ਹਿੰਸਕ ਗੀਤ ਗਾਏ ਆ, ਇਸ ਤਰ੍ਹਾਂ ਦੀਆਂ ਗੱਲਾਂ ਸਮੇਂ ਦੇ ਉੱਤੇ ਉੱਭਰ ਕੇ ਸਾਹਮਣੇ ਆਈਆਂ। ਪਰ ਹੁਣ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਲੁੱਕਆਊਟ ਨੋਟਸ ਰੱਦ ਕੀਤਾ ਗਿਆ। ਭਾਵੇਂ ਰੱਦ ਹੋਇਆ ਜਾਂ ਨਹੀਂ ਹੋਇਆ, ਪਰ ਇਖਲਾਕੀ ਤੌਰ ਦੇ ਉੱਤੇ ਗੱਲ ਕਹਿਣੀ ਬਣਦੀ ਹੈ ਕਿ ਕਲਾਕਾਰ ਜਿਹੜੇ ਕਿ ਬਹੁਤ ਮਸ਼ਹੂਰ ਆ, ਜਿਹੜੇ ਬਹੁਤ ਸੰਭਾਵਨਾਵਾਂ ਭਰਪੂਰ ਆ, ਜਿਨ੍ਹਾਂ ਨੂੰ ਨੌਜਵਾਨ ਵਰਗ ਆਪਣਾ ਮਾਰਗਦਰਸ਼ਕ ਮੰਨਦਾ, ਉਹਨਾਂ ਨੂੰ ਕੁਝ ਕੁ ਸਮਾਜਿਕ ਗੀਤਾਂ ਦੀ ਵੀ ਪੇਸ਼ਕਾਰੀ ਕਰਨੀ ਚਾਹੀਦੀ ਹੈ ਤਾਂ ਜੋ ਉਹ ਆਪਣਾ ਕਲਾਕਾਰ ਹੋਣ ਦਾ ਅਸਲ ਫਰਜ਼ ਆ ਜਿਹੜਾ ਉਹ ਅਦਾ ਕਰ ਸਕਣ। ਬਾਕੀ ਸਭ ਦੀ ਆਪੋ ਆਪਣੀ ਮਰਜ਼ੀ ਆ, ਕਿਉਂਕਿ ਇੱਕ ਹੱਟੀ ਆ, ਇਸ ਹੱਟੀ ਦੇ ਉੱਤੇ ਜੋ ਵਿਕਦਾ ਦੁਕਾਨਦਾਰ ਨੇ ਉਹ ਪੇਸ਼ ਕਰਨਾ। ਸਾਡੇ ਸਰੋਤਿਆਂ ਲਈ ਵੀ ਇਹ ਸੋਚਣ ਵਾਲੀ ਗੱਲ ਹੈ ਕਿ ਅਸੀਂ ਚੰਗਾ ਸੁਣੀਏ, ਚੰਗਿਆਂ ਨੂੰ ਸਵੀਕਾਰੀਏ ਅਤੇ ਮਾੜਿਆਂ ਨੂੰ ਨਕਾਰੀਏ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਅਗਲੇ ਹਫ਼ਤੇ ਮਨੋਰੰਜਕ ਦੁਨੀਆ ਤਹਿਤ ਕੁਝ ਹੋਰ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ, ਬਹੁਤ ਬਹੁਤ ਮਿਹਰਬਾਨੀ।